ਇੰਸ਼ੋਰੈਂਸ ਕਰਾਉਣ ਵੇਲੇ ਪੋਸਟਲ ਕੋਡ L6 ਪੌਂਟ ਤੇ ਕਿਉਂ ਵੱਧ ਜਾਂਦੀ ਹੈ ਇੰਸ਼ੋਰੈਂਸ? ਇੰਸ਼ੋਰੈਂਸ ਡਰਾਈਵਰ ਦੇ ਰੈਕਰਡ ਤੇ ਨਹੀਂ ਬਲਕਿ ਉਸਦੇ ਰਹਿਣ ਦੇ ਖੇਤਰ ਤੇ ਆਧਾਰਿਤ ਹੈ। ਜਿੰਨੇ ਜ਼ਿਆਦਾ ਡਰਾਈਵਰ ਉਨੀ ਜ਼ਿਆਦਾ ਇੰਸ਼ੋਰੈਂਸ। ਕੀ ਨੇ ਇਸ ਦੇ ਕਾਰਨ? ਆਓ ਵੇਖਦੇ ਹਾਂ। ਓਨਟੈਰੀਓ ਦੀਆਂ ਸੜਕਾਂ ਤੇ ਦੌੜਦੀ ਇਹਨਾਂ ਗੱਡੀਆਂ ਦੀ ਰਫਤਾਰ ਜਿੰਨੀ ਜ਼ਿਆਦਾ ਹੈ ਉਨੀ ਹੀ ਜ਼ਿਆਦਾ ਹੈ ਇਹਨਾਂ ਦੀ ਆਟੋ ਇੰਸ਼ੋਰੈਂਸ। ਜੀ ਹਾਂ, ਓਨਟੈਰੀਓ ਵਾਸੀ ਬਾਕੀ ਪ੍ਰੋਵਿੰਸ ਨਾਲੋਂ ਕਿਤੇ ਜ਼ਿਆਦਾ ਆਟੋ ਇੰਸ਼ੋਰੈਂਸ ਪੇ ਕਰ ਰਹੇ ਨੇ ਤੇ ਇੰਸ਼ੋਰੈਂਸ ਕੰਪਨੀਜ਼ ਉਹਨਾਂ ਡਰਾਈਵਰਸ ਤੋਂ ਹਾਈ ਪ੍ਰੀਮੀਅਮ ਚਾਰਜ ਕਰਦੀਆਂ ਨੇ ਜੋ ਉਹਨਾਂ ਥਾਵਾਂ ਤੇ ਰਹਿ ਰਹੇ ਹੋਣ ਜਿੱਥੇ ਆਟੋ ਐਕਸੀਡੈਂਟਸ ਵੀ ਵੱਧ ਹੋਏ ਹੋਣ, ਜਿਨ੍ਹਾਂ ਵਿੱਚ ਸਭ ਤੋਂ ਪਹਿਲਾ ਨਾਂ ਹੈ ਬ੍ਰੈਂਪਟਨ ਦਾ। ਇਸ ਦਾ ਸਭ ਤੋਂ ਵੱਡਾ ਕਾਰਨ ਦੱਸਿਆ ਜਾ ਰਿਹਾ ਹੈ ਫਰਾਡ ਕਲੇਮਸ। ਜੇ ਤੱਥਾਂ ਤੇ ਨਜ਼ਰ ਮਾਰੀਏ ਤਾਂ 2004 ਤੋਂ 2010 ਤੱਕ ਬੇਸ਼ੱਕ ਓਨਟੈਰੀਓ ਵਿੱਚ ਨੋ ਫਾਲਟ ਇੰਜਰੀ ਕਲੇਮਸ ਵਿੱਚ 28% ਦਾ ਵਾਧਾ ਹੋਇਆ ਹੈ, ਪਰ ਲਾਰਜ ਕਲੇਮਸ ਦੁੱਗਣੇ ਹੋਏ ਨੇ। ਜੇ ਬੋਡੀਲੀ ਇੰਜਰੀ ਕਲੇਮ ਕਾਸਟ ਵੇਖੀਏ ਤਾਂ ਬੇਸ਼ੱਕ ਐਕਸੀਡੈਂਟ ਕੇਸਿਸ ਵਿੱਚ ਵਾਧਾ ਨਹੀਂ ਹੋਇਆ, ਪਰ ਕੋਲੀਜਨਸ ਕਾਰਨ ਕੇਸਿਸ ਦੀ ਗਿਣਤੀ ਵਧੀ ਹੈ, ਜਿਸ ਕਾਰਨ ਖਰਚਾ ਪਿਆ ਸਾਲ ਦਾ $2 ਬਿਲੀਅਨ। ਹਜੇ ਤੱਕ ਫਾਈਨੈਂਸ਼ੀਅਲ ਸਰਵਿਸਿਜ਼ ਕਮਿਸ਼ਨ ਆਫ ਓਨਟੈਰੀਓ ਕੋਲ 30,000 ਤੋਂ ਵੀ ਵੱਧ ਕੇਸਿਸ ਪੈਂਡਿੰਗ ਪਏ ਨੇ। ਓਨਟੈਰੀਓ ਵਿੱਚ ਦਿਨ ਬ ਦਿਨ ਵੱਧ ਰਹੀ ਆਟੋ ਇੰਸ਼ੋਰੈਂਸ ਦਾ ਮੁੱਖ ਕਾਰਨ ਹੈ ਫਰਾਡ, ਜੋ ਕਿ ਪਲੇਗ ਦੀ ਤਰ੍ਹਾਂ ਫੈਲ ਰਿਹਾ ਹੈ। ਲੋੜ ਹੈ ਸਰਕਾਰ, ਪਾਲਿਸੀ ਹੋਲਡਰਸ, ਸਟੇਕ ਹੋਲਡਰਸ ਤੇ ਲੈਜਿਸਲੇਚਰ ਮੈਂਬਰਸ ਨੂੰ ਇਕੱਠੇ ਹੋ ਕੇ ਇਸ ਦਾ ਹੱਲ ਲੱਭਣ ਦੀ। ਸੋ ਕੁਝ ਲੋਕਾਂ ਵੱਲੋਂ ਕੀਤੇ ਫਰਾਡ ਦਾ ਹਰਜ਼ਾਨਾ ਭੁਗਤ ਰਹੇ ਨੇ ਓਨਟੈਰੀਓ ਵਾਸੀ। ਕੀ ਕਹਿਣਾ ਹੈ ਲੋਕਾਂ ਦਾ ਇਸ ਬਾਰੇ? ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ। ਮੇਰੀ ਫੈਮਿਲੀ ਦੇ ਵਿੱਚ ਮੇਰੇ ਕੋਲ 3 ਗੱਡੀਆਂ ਅਤੇ ਅਸੀਂ 4 ਡਰਾਈਵਰ ਹਾਂ, ਲੇਕਿਨ ਹਰ ਸਾਲ ਜਦੋਂ ਇੰਸ਼ੋਰੈਂਸ ਆਉਂਦੀ ਹੈ ਉਹ ਵੱਧ ਕੇ ਹੀ ਆਉਂਦੀ ਹੈ। ਦੈਨ ਵੀ ਹੈਵ ਟੂ ਸ਼ੋਪ ਅਰਾਊਂਡ, ਫਿਰ ਅਸੀਂ ਆਸੇ ਪਾਸੇ ਹੋਰ ਕੰਪਨੀਆਂ ਤੋਂ ਕੰਟੈਕਟ ਕਰਦੇ ਹਾਂ ਕਿਤੋਂ ਨਾ ਕਿਤੋਂ ਥੋੜ੍ਹੀ ਬਹੁਤੀ। ਜੇ ਮੰਨ ਲਓ ਲੈਟ ਇਟ ਬੀ ਮੇਰੀ ਹੁਣ ਇਸ ਤੋਂ ਪਹਿਲੇ ਸਾਲ ਦੇ ਵਿੱਚ 9,000 ਸੀਗੀ, ਉਸ ਕੰਪਨੀ ਨੇ ਮੇਰੀ ਜਦੋਂ ਮੇਰੀ ਰਿਨਿਊਵਲ ਭੇਜੀ ਉਹ 11,000 ਦੀ ਭੇਜਤੀ। ਦੈਨ ਆਈ ਸ਼ੋਪ ਅਰਾਊਂਡ, ਉਹਦੇ 'ਚੋਂ ਮੈਨੂੰ ਫਿਰ 8,700 'ਤੇ ਮਿਲ ਗਈ। ਸੋ ਈਵਨ ਦੈਨ ਦੈਟ ਇਜ਼ ਆਲਸੋ ਹਾਈ। ਸਾਨੂੰ ਆਸ ਹੈ ਕਿ ਇਹਦੇ ਵਿੱਚੋਂ ਕੋਈ ਨਾ ਕੋਈ ਹੱਲ ਜ਼ਰੂਰ ਨਿਕਲੇਗਾ, ਕਿਉਂਕਿ ਇਸ ਤੋਂ ਪਹਿਲਾਂ ਜਗਮੀਤ ਸਿੰਘ ਨੇ ਆਟੋ ਇੰਸ਼ੋਰੈਂਸ ਬਾਰੇ ਬਿੱਲ ਲਿਆਂਦਾ ਸੀ, ਉਹ ਫੇਲ ਹੋ ਗਿਆ ਹੈ, ਔਰ ਉਸ ਤੋਂ ਬਾਅਦ ਅੰਮ੍ਰਿਤ ਮੰਗਟ ਇਸ ਬਾਰੇ ਗੱਲ ਕਰ ਰਹੀ ਹੈ, ਪਰ ਮੈਨੂੰ ਲੱਗਦਾ ਹੈ ਕਿ ਇਹ ਇੰਨੀ ਜਲਦੀ ਕੱਟਣ ਵਾਲਾ ਨਹੀਂ। ਇਹਦੇ ਬਾਰੇ ਸਾਰੀਆਂ ਪੋਲੀਟੀਕਲ ਪਾਰਟੀਆਂ ਜੇ ਤਨਦੇਹੀ ਨਾਲ ਸੱਚੇ ਮਨੋਂ ਕੰਮ ਕਰਨਗੀਆਂ ਤਾਂ ਹੀ ਆਟੋ ਇੰਸ਼ੋਰੈਂਸ ਕੱਟ ਸਕਦੀ ਆ, ਅਦਰਵਾਈਜ਼ ਆਟੋ ਇੰਸ਼ੋਰੈਂਸ ਨਹੀਂ ਕੱਟ ਸਕਦੀ, ਔਰ ਲੋਕ ਬਹੁਤ ਦੁਖੀ ਨੇ। ਕੋਈ ਵੀ ਐਕਸ਼ਨ ਹੁੰਦਾ ਜਾਂ ਕੋਈ ਐਕਸੀਡੈਂਟ ਹੁੰਦਾ, ਇੱਕ ਇਕੱਲੇ ਬ੍ਰਹਮਟ ਵਾਸਤੇ ਹੀ ਜਾਂਦੇ ਆ, ਦੂਜੇ ਸਾਰੇ ਆਪਣੇ ਮਿਸਕਾ ਜਾਂ ਹੋਰ ਆਪਣੇ ਟਿਊਬੀਕੋ ਜਾਂ ਇੰਟਰਡੋ ਆ, ਉੱਥੇ ਕਿਉਂ ਘੱਟ ਆ ਇੰਸ਼ੋਰੈਂਸ? ਜੇ ਕਲੇਮ ਕੋਈ ਲੈਂਦਾ ਹੈ ਬ੍ਰਹਮਟ ਵਿੱਚ ਤਾਂ ਉਹਦਾ ਵਧਣੀ ਚਾਹੀਦੀ ਹੈ ਇੰਸ਼ੋਰੈਂਸ। ਇਹ ਨਹੀਂ ਵੀ ਜਿਹੜਾ ਸਾਰੇ ਦੇ ਲੈਵਲ ਇੱਕੋ ਬਰਾਬਰ ਰੱਖੋ, ਬਰਾਬਰ ਰੱਖ ਕੇ ਤਾਂ ਉਹਨੇ ਇੰਸ਼ੋਰੈਂਸ ਵਧਾਈ ਜਾਓ। ਅਸੀਂ ਇਸ ਚੀਜ਼ 'ਤੇ ਮਤਲਬ ਇਤਰਾਜ਼ ਸਾਨੂੰ ਹੈਗਾ ਵੀ ਸਾਰਿਆਂ ਦੇ ਇੰਸ਼ੋਰੈਂਸ ਆ ਸਾਰੇ ਪ੍ਰੋਨਾਂਸ਼ ਬਰਾਬਰ ਹੋਣੇ ਚਾਹੀਦੇ, ਦੂਜੀ ਸਿਟੀ ਦੇ ਨਾਲ ਹੋਣੀ ਚਾਹੀਦੀ ਆ। ਅੱਜ ਕੱਲ੍ਹ ਓਨਟੈਰੀਓ ਦੀਆਂ ਸਿਆਸੀ ਪਾਰਟੀਆਂ ਇਸ ਮੁੱਦੇ ਨੂੰ ਲੈ ਕੇ ਖੂਬ ਸਿਆਸੀ ਜੰਗ ਕਰ ਰਹੀਆਂ ਨੇ, ਪਰ ਇਹਨਾਂ ਪਾਰਟੀਆਂ ਕੋਲ ਕੋਈ ਅਜਿਹਾ ਹੱਲ ਨਹੀਂ ਜਿਸ ਨਾਲ ਆਮ ਆਦਮੀ ਨੂੰ ਰਾਹਤ ਮਿਲ ਸਕੇ। ਬੀਤੇ ਦਿਨੀ ਓਨਟੈਰੀਓ ਦੀ ਆਟੋ ਇੰਸ਼ੋਰੈਂਸ ਕਮੇਟੀ ਨੇ ਟੋਰਾਂਟੋ, ਵਿੰਸਰ ਤੇ ਬ੍ਰੈਂਪਟਨ ਵਿੱਚ ਆਟੋ ਇੰਸ਼ੋਰੈਂਸ ਤੇ ਸਟੱਡੀ ਕੰਡਕਟ ਕਰਨ ਲਈ ਮੀਟਿੰਗ ਵੀ ਕੀਤੀ। ਆਓ ਵੇਖਦੇ ਹਾਂ ਇਸ ਮੀਟਿੰਗ ਦੇ ਕੁਝ ਖਾਸ ਪਹਿਲੂ। ਲੈਜਿਸਲੇਟਿਵ ਅਸੈਂਬਲੀ ਆਫ ਓਨਟੈਰੀਓਸ ਆਟੋ ਇੰਸ਼ੋਰੈਂਸ ਕਮੇਟੀ ਵੱਲੋਂ ਆਟੋ ਇੰਸ਼ੋਰੈਂਸ ਇੰਡਸਟਰੀ ਤੇ ਸਟੱਡੀ ਕੰਡਕਟ ਕਰਨ ਲਈ ਵੱਖ ਵੱਖ ਸ਼ਹਿਰਾਂ ਵਿੱਚ ਮੀਟਿੰਗ ਕੀਤੀਆਂ ਗਈਆਂ। ਇਸ ਮੀਟਿੰਗ ਵਿੱਚ NDP ਦੇ MPP ਜਗਮੀਤ ਸਿੰਘ ਵੀ ਹਾਜ਼ਰ ਹੋਏ, ਜਿਨ੍ਹਾਂ ਪਿਛਲੇ ਦਿਨੀ ਓਨਟੈਰੀਓ ਅਸੈਂਬਲੀ ਵਿੱਚ ਆਟੋ ਇੰਸ਼ੋਰੈਂਸ ਸੰਬੰਧੀ ਪ੍ਰਾਈਵੇਟ ਮੈਂਬਰ ਬਿੱਲ 45 ਪੇਸ਼ ਕੀਤਾ ਸੀ, ਜੋ ਸਦਨ ਦੀ ਦੂਜੀ ਪੜਤ ਦੌਰਾਨ ਡਿੱਗ ਗਿਆ। ਇਸ ਬਿੱਲ ਦੇ ਵਿਰੋਧ ਵਿੱਚ 52 ਵੋਟਾਂ ਪਈਆਂ, ਜਦਕਿ ਇਸ ਦੇ ਹੱਕ ਵਿੱਚ ਸਿਰਫ 16 ਵੋਟਾਂ ਹੀ ਪਈਆਂ ਸਨ। ਇਸ ਦਾ ਮੁੱਖ ਕਾਰਨ ਸੀ ਬਾਕੀ ਪਾਰਟੀਆਂ ਵੱਲੋਂ ਇਸ ਨੂੰ ਸਮਰਥਨ ਨਾ ਦੇਣਾ। ਸਾਰੇ ਪਾਰਟੀਆਂ ਦਾ ਕਮੇਟੀ ਹੈ, ਸੋ ਇਹਦੇ 'ਚ ਸਾਰੇ ਜਿੰਨੇ ਜਿਹੜੇ ਵੀ ਓਨਟੈਰੀਓ ਦੀ ਪਾਰਟੀ ਹੈਗੇ ਉਹ ਸਾਰੇ ਸ਼ਾਮਿਲ ਨੇ, ਅਤੇ ਅਸੀਂ ਇੰਡਸਟਰੀ ਬਾਰੇ, ਆਟੋ ਇੰਸ਼ੋਰੈਂਸ ਰੇਟਸ ਬਾਰੇ, ਸਾਡੇ ਬੈਨੀਫਿਟਸ ਬਾਰੇ, ਇੱਦਾਂ ਦੀ ਸਾਰੀਆਂ ਗੱਲਾਂ ਬਾਰੇ ਅਸੀਂ ਗੱਲਬਾਤ ਕਰ ਰਹੇ ਹਾਂ ਅਤੇ ਲੋਕਾਂ ਦੀ ਗੱਲਾਂ ਸੁਣ ਰਹੇ ਅਤੇ ਸੰਸਥਾਵਾਂ ਦੀ ਗੱਲਾਂ ਸੁਣ ਰਹੇ ਹਾਂ। ਅਸੀਂ ਪਹਿਲਾਂ ਬ੍ਰੈਂਪਟਨ ਚੁਣਿਆ ਕਿਉਂਕਿ ਬ੍ਰੈਂਪਟਨ ਦੇ ਵਿੱਚ ਇੰਸ਼ੋਰੈਂਸ ਜਿਹੜੇ ਰੇਟਸ ਕਾਫੀ ਹਾਈ ਨੇ, ਅਤੇ ਅਸੀਂ ਪ੍ਰੈਸ਼ਰ ਪਾ ਕੇ ਬ੍ਰੈਂਪਟਨ ਸ਼ਹਿਰ ਚੁਣਿਆ। ਅਸੀਂ ਪ੍ਰੈਸ਼ਰ ਪਾ ਕੇ ਇੱਕ ਕਮੇਟੀ ਸਟ੍ਰਾਈਕ ਕਰਨ ਦਾ ਜਿਹੜਾ ਇਨੀਸ਼ੀਏਟਿਵ ਲਿਆ, ਸੋ ਮੈਂ ਜਿਹੜੇ ਇੰਸ਼ੋਰੈਂਸ ਇਸ਼ੂ ਆ ਮੈਂ ਪਿੱਛੇ ਨਹੀਂ ਹਟਣਾ। ਬੇਸ਼ੱਕ ਬਿੱਲ ਨਹੀਂ ਪਾਸ ਹੋਇਆ, ਪਰ ਇਹਦਾ ਮਤਲਬ ਨਹੀਂ ਹੈ ਕਿ ਮੈਂ ਹਟਣਾ ਨਹੀਂ ਹੈ।
ਇਸ ਮੀਟਿੰਗ ਵਿੱਚ ਲਿਬਰਲ ਪਾਰਟੀ ਦੀ MPP ਅੰਮ੍ਰਿਤ ਮੰਗਟ ਵੀ ਹਾਜ਼ਰ ਹੋਏ, ਜਿਨ੍ਹਾਂ ਵੱਲੋਂ ਆਟੋ ਬੀਮਾ ਸੁਧਾਰ ਲਈ ਬਿੱਲ ਲਿਆਂਦਾ ਗਿਆ ਹੈ। ਜਿਹੜਾ ਮੇਰਾ ਪ੍ਰਾਈਵੇਟ ਮੈਂਬਰ ਬਿੱਲ ਸੀਗਾ ਉਹ ਸੀਗਾ ਕਿ ਅਸੀਂ ਕਿਸ ਤਰ੍ਹਾਂ ਕਰੈਕਡਾਊਨ ਕਰਕੇ ਫਰੋਡ ਦੇ ਜਿਹੜੇ ਹੈਗੇ ਆ ਆਟੋ ਇੰਸ਼ੋਰੈਂਸ ਰੇਟਸ ਆ ਉਹ ਲੋਅ ਕਰ ਸਕਦੇ ਹਾਂ। ਜਿਹੜਾ ਅਸੈਂਬਲੀ ਦੇ ਵਿੱਚ ਤੁਸੀਂ ਗੱਲ ਕਰ ਰਹੇ ਹੋ ਕਿ ਬਿੱਲ ਲਿਆਂਦਾ ਗਿਆ ਸੀਗਾ ਟੈਰੀਟੋਰੀਅਲ ਰੇਟਿੰਗ, ਮੈਂ ਇਸ ਕਮੇਟੀ ਦੇ ਵਿੱਚ ਵੀ ਉਸ ਬਾਰੇ ਗੱਲ ਕੀਤੀ ਹੈ ਅਤੇ ਪ੍ਰੈਜੈਂਟਰਸ ਨੇ ਕਿਹਾ ਕਿ ਉਹੀ ਜਿਹੜਾ ਹੈਗਾ ਮੇਨ ਰੀਜ਼ਨ ਨਹੀਂ ਆ, ਉਹ ਇੱਕ ਫੈਕਟਰ ਹੈ, ਬਹੁਤ ਸਾਰੇ ਫੈਕਟਰ ਆ ਜਿਨ੍ਹਾਂ ਦੇ ਨਾਲ ਅਸੀਂ ਆਟੋ ਇੰਸ਼ੋਰੈਂਸ ਰੇਟ ਆ ਉਹ ਡਿਟਰਮਿਨ ਕਰਦੇ ਹਾਂ। ਦੈਟਸ ਕਿ ਤੁਸੀਂ ਕਿੱਥੇ ਰਹਿੰਦੇ ਹੋ ਉਹ ਇੱਕ ਫੈਕਟਰ ਹੈ, ਦੈਟਸ ਨੋਟ ਦਾ ਰੂਟ ਕਾਜ਼। ਰੂਟ ਕਾਜ਼ ਇਜ਼ ਫਰਾਡ, ਰਾਈਟ, ਉਹ ਇੱਕ ਸਿੰਪਟਮ ਹੈ। ਜ਼ਿਕਰਯੋਗ ਹੈ ਕਿ ਓਨਟੈਰੀਓ ਵਿੱਚ ਦੇਸ਼ ਦੇ ਬਾਕੀ ਸੂਬਿਆਂ ਨਾਲੋਂ ਆਟੋ ਇੰਸ਼ੋਰੈਂਸ ਦੇ ਰੇਟ ਕਾਫੀ ਵੱਧ ਨੇ, ਅਤੇ ਇਹੀ ਨਹੀਂ, ਜਿਨ੍ਹਾਂ ਇਲਾਕਿਆਂ ਵਿੱਚ ਇਮੀਗ੍ਰੈਂਟ ਦੀ ਵਸੋਂ ਜ਼ਿਆਦਾ ਹੈ ਉੱਥੇ ਤਾਂ ਆਟੋ ਇੰਸ਼ੋਰੈਂਸ ਨੇ ਲੋਕਾਂ ਦਾ ਜੀਣਾ ਹੋਰ ਵੀ ਮੁਸ਼ਕਲ ਬਣਾ ਦਿੱਤਾ ਹੈ। NDP ਤੇ ਲਿਬਰਲ ਤੋਂ ਬਾਅਦ ਗੱਲ ਕਰਦੇ ਹਾਂ ਕੰਜ਼ਰਵੇਟਿਵ ਪਾਰਟੀ ਦੀ, ਜਿਨ੍ਹਾਂ ਅਸੈਂਬਲੀ ਵਿੱਚ ਪੇਸ਼ ਕੀਤੇ ਗਏ ਇਸ ਸੰਬੰਧੀ ਬਿੱਲ ਨੂੰ ਤਾਂ ਸਪੋਰਟ ਨਹੀਂ ਕੀਤਾ, ਪਰ ਬੀਤੇ ਦਿਨੀ ਬ੍ਰੈਂਪਟਨ ਦੇ ਲੋਕਾਂ ਦੀਆਂ ਇਸ ਸੰਬੰਧੀ ਮੁਸ਼ਕਲਾਂ ਸੁਣਨ ਲਈ ਉਹਨਾਂ ਨਾਲ ਇੱਕ ਮੀਟਿੰਗ ਕੀਤੀ, ਜਿਸ ਵਿੱਚ ਲੋਕਾਂ ਨੇ ਆਪਣੇ ਦੁੱਖੜੇ ਉਹਨਾਂ ਸਾਹਮਣੇ ਰੱਖੇ। PC ਪਾਰਟੀ ਵੱਲੋਂ ਆਟੋ ਇੰਸ਼ੋਰੈਂਸ ਸੰਬੰਧੀ ਪਬਲਿਕ ਮੀਟਿੰਗ ਰੱਖੀ ਗਈ, ਜਿਸ ਵਿੱਚ PC ਦੇ ਆਟੋ ਇੰਸ਼ੋਰੈਂਸ ਕ੍ਰਿਟਿਕ MPP ਜੈਫ ਯੂਰਿਕ, ਬ੍ਰੈਂਪਟਨ ਸਪ੍ਰਿੰਗਡੇਲ ਤੋਂ PC ਉਮੀਦਵਾਰ ਪੈਮ ਹੁੰਡਲ ਤੇ ਐਜਕ ਸਪੀਕਰਿੰਗ ਤੋਂ PC ਉਮੀਦਵਾਰ ਟੋਡ ਮੈਕਕਾਰਥੀ ਨੇ ਆਪੋ ਆਪਣੇ ਵਿਚਾਰ ਪੇਸ਼ ਕੀਤੇ ਤੇ ਲੋਕਾਂ ਦੀਆਂ ਇਸ ਸੰਬੰਧੀ ਮੁਸ਼ਕਲਾਂ ਸੁਣੀਆਂ। ਓਨਟੇਰੀਓ ਵਿੱਚ, ਖਾਸ ਕਰਕੇ ਬ੍ਰੈਂਪਟਨ ਵਿੱਚ, ਆਟੋ ਇੰਸ਼ੋਰੈਂਸ ਦੇ ਰੇਟ ਸਭ ਤੋਂ ਹਾਈ ਆ ਕੈਨੇਡਾ ਦੇ ਵਿੱਚ। ਸੋ ਇਹ ਜਦੋਂ ਵੀ ਤੁਸੀਂ ਦੇਖੋ ਕੋਈ ਵੀ ਇਲੈਕਸ਼ਨ ਆਉਂਦਾ ਆ ਕਿ ਸਾਡੇ ਵੋਟਰਸ ਕਲੀਅਰਲੀ ਸਾਨੂੰ ਕਹਿੰਦੇ ਆ ਕਿ ਜਿਹੜੇ ਸਾਡੇ ਆਟੋ ਇੰਸ਼ੋਰੈਂਸ ਰੇਟਸ ਆ ਉਹ ਘੱਟਦੇ ਨਹੀਂ, ਉਹ ਸਿਰਫ ਵੱਧਦੇ ਆ। ਸੋ ਸਾਡਾ ਅੱਜ PC ਦਾ ਏਜੰਡਾ ਹੈਗਾ ਕਿ ਇੱਥੇ ਸਾਰੀ ਪਬਲਿਕ ਆ ਸਕਦੀ ਆ, ਜਿੱਥੇ ਉਹਨਾਂ ਦੇ ਆਪਦੇ ਕੰਸਰਨਸ, ਇਸ਼ੂਸ, ਕੋਈ ਕੁਐਸਚਨ, ਕੋਈ ਵੀ ਇਨਫੋਰਮੇਸ਼ਨ ਸਾਨੂੰ ਦੇਣੀ ਹੋਊਗੀ ਆਟੋ ਇੰਸ਼ੋਰੈਂਸ ਬਾਰੇ, ਅਸੀਂ ਉਹ ਸਾਰਾ ਨੋਟ ਡਾਊਨ ਕਰਕੇ, ਸਾਰਾ ਰਿਕਾਰਡ ਕਰਕੇ, ਤਾਂ ਕਰਕੇ ਅਸੀਂ ਫਿਊਚਰ ਵਿੱਚ ਉਹ ਪਾਲਿਸੀ ਬਣਾਈਏ ਜਿਹੜੀ ਪਬਲਿਕਲੀ ਯੂਜ਼ਫੁਲ ਹੋਵੇ। ਜੈਫ ਯੂਰਿਕ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਆਟੋ ਇੰਸ਼ੋਰੈਂਸ ਓਨਟੈਰੀਓ ਵਿੱਚ ਸਭ ਤੋਂ ਵੱਧ ਹੈ ਅਤੇ ਬ੍ਰੈਂਪਟਨ ਵਿੱਚ ਵਾਧੇ ਲਈ ਫਰਾਡ ਅਤੇ ਸਰਕਾਰੀ ਪਾਰਦਰਸ਼ਤਾ ਦੀ ਘਾਟ ਇਸ ਲਈ ਜ਼ਿੰਮੇਵਾਰ ਹੈ। The outcome of this meeting is going to give us great information that we can take back, so when we come back in the fall we're going to have some positive reforms to present to the government so that we can lower premiums now but also maintain the system that we have a stabilized low rates that provides excellent coverage with no delay. I'm petrified of the insurance rate. I'm literally afraid to go. ਲੋਕਾਂ ਨੇ ਇਸ ਮੌਕੇ ਆਪਣੇ ਦੁਖੜੇ ਸੁਣਾਏ ਤੇ ਕੰਜ਼ਰਵੇਟਿਵ ਪਾਰਟੀ ਤੋਂ ਸਿੱਧੇ ਸਿੱਧੇ ਸਵਾਲ ਕੀਤੇ ਕਿ PC ਵੱਲੋਂ ਅਸੈਂਬਲੀ ਵਿੱਚ NDP ਵੱਲੋਂ ਲਿਆਂਦੇ ਬਿੱਲ ਨੂੰ ਸਪੋਰਟ ਕਿਉਂ ਨਹੀਂ ਕੀਤਾ ਗਿਆ। ਸੋ ਵਾਈ ਨਾਟ ਦੇ ਆਰ ਅਬਜ਼ੋਰਬਿੰਗ ਦੀਸ ਸਮਾਲ ਕਾਸਟ, ਵਾਈ ਦੇ ਆਰ ਪੈਨਲਾਈਜ਼ਿੰਗ ਕੰਜ਼ੂਮਰ। ਮਾਈ ਪੁਆਇੰਟ ਆਫ ਵਿਊ ਇਜ਼, ਇਨਸਟੈਡ ਆਫ ਕਮਿੰਗ, ਸਿਟਿੰਗ, ਟਾਕਿੰਗ, ਐਕਸਚੇਂਜਿੰਗ, ਈਟਿੰਗ ਐਂਡ ਬਾਏ ਬਾਏ, ਇਟ ਇਜ਼ ਬੈਟਰ ਟੂ ਲੋਕੇਟ ਵਾਟ ਇਜ਼ ਦਾ ਪ੍ਰੋਬਲਮ। ਹਰ ਪਾਰਟੀ ਦੂਸਰੀ ਪਾਰਟੀ ਨੂੰ ਕਸੂਰਵਾਰ ਕਿਉਂ ਕਹਿੰਦੀ ਹੈ? ਕੁਝ ਨੇ ਤਾਂ ਇਹ ਵੀ ਕਹਿ ਦਿੱਤਾ ਕਿ ਕੋਈ ਵੀ ਪਾਰਟੀ ਇਸ ਮਾਮਲੇ ਬਾਰੇ ਗੰਭੀਰ ਨਹੀਂ ਹੈ। ਲੋਕਾਂ ਨੇ ਤਾਂ ਆਪਣੀਆਂ ਮੁਸ਼ਕਲਾਂ ਸਿਆਸੀ ਆਗੂਆਂ ਦੇ ਸਾਹਮਣੇ ਰੱਖ ਦਿੱਤੀਆਂ ਨੇ, ਪਰ ਕੀ ਇਸ ਦਾ ਕੋਈ ਹੱਲ ਹੋਵੇਗਾ? ਇਹ ਸਵਾਲ ਹਜੇ ਬਰਕਰਾਰ ਹੈ। ਇਸ ਸਮੱਸਿਆ ਦੇ ਕਈ ਪੱਖ ਨੇ, ਹਰ ਕਿਸੇ ਨੂੰ ਇਹ ਸਮਝਣਾ ਹੋਏਗਾ ਕਿ ਇਸ ਦਾ ਅਸਲ ਹੱਲ ਆਪਸੀ ਤਾਲਮੇਲ ਵਿੱਚ ਹੈ। ਲੋੜ ਹੈ ਇਸ ਬਾਰੇ ਗਹਿਰਾਈ ਨਾਲ ਸੋਚਣ ਦੀ, ਤਾਂ ਜੋ ਕਿਤੇ ਸਿਆਸਤ ਦੀ ਚੱਕੀ ਵਿੱਚ ਪਿਸ ਨਾ ਜਾਵੇ ਆਟੋ ਇੰਸ਼ੋਰੈਂਸ ਦਾ ਮੁੱਦਾ। ਕੈਮਰਾਮੈਨ ਵਿਰਿੰਦਰ ਮਹਿਥਾਨ ਦੇ ਨਾਲ ਰੁਪਿੰਦਰ ਕੌਰ, PDC ਨਿਊਜ਼, ਟੋਰਾਂਟੋ, ਕੈਨੇਡਾ।